ਪ੍ਰਾਈਮ ਵਰਲਡ ਪੰਜਾਬੀ ਚੈਨਲ ਦੇ ਦਰਸ਼ਕਾਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਲੈ ਕੇ ਆਏ ਹਾਂ ਅੱਜ ਤੁਹਾਡੇ ਲਈ ਇੱਕ ਨਵੀਂ ਰੈਸਪੀ, ਲਾਲ ਮਿਰਚਾਂ ਦੀ ਚਟਨੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਲਾਲ ਮਿਰਚ ਬਹੁਤ ਹੀ ਗੁਣਕਾਰੀ ਚੀਜ਼ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਵਿੱਚ ਇੱਕ ਐਸਾ ਤੱਤ ਹੈ ਜਿਸ ਦਾ ਨਾਮ ਹੈ ਕੈਪਸਾਈਸਿਨ, ਜਿਸ ਦੇ ਆਧਾਰ ਤੇ ਸਵੀਡਿਸ਼ ਨੋਬਲ ਅਕੈਡਮੀ ਨੇ ਇਸ ਸਾਲ 2021 ਵਿੱਚ ਦੋ ਵਿਗਿਆਨਿਕਾਂ ਨੂੰ, ਡੇਵਿਡ ਜੂਲੀਅਸ ਅਤੇ ਅਰਦਮ ਪੈਟਾਪੂਟੀਆ ਨੂੰ ਨੋਬਲ ਪ੍ਰਾਈਜ਼ ਫੋਰ ਮੈਡੀਸਨ ਦਿੱਤਾ ਹੈ। ਇਹ ਵਿਟਾਮਿਨ ਸੀ ਨਾਲ ਭਰਪੂਰ ਹੈ, ਜੋ ਕਿ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਾਡੀ ਸ਼ਕਤੀ ਨੂੰ ਵਧੇਰੇ ਤੀਬਰ ਕਰਦਾ ਹੈ। ਇਸ ਦੇ ਸੇਵਨ ਨਾਲ ਅਸੀਂ ਅਨੀਮੀਆ, ਐਸਥਮਾ, ਹਾਰਟਬਰਨ, ਗਮ ਡਿਜ਼ੀਜ਼, ਫਲੂ, ਸਾਈਨੋਸਾਈਟਸ ਅਤੇ ਹੋਰ ਲੰਬੀ ਬਿਮਾਰੀਆਂ ਜਿਵੇਂ ਦਿਲਾਂ ਦੇ ਰੋਗ, ਕੈਂਸਰ, ਕਰੋਨਾ ਵਾਇਰਸ ਵਰਗੀਆਂ ਭਿਆਨਕ ਰੋਗ ਵੀ ਦੂਰ ਰਹਿੰਦੇ ਹਨ। ਸਾਡੇ ਬਜ਼ੁਰਗ ਇਸ ਲਾਲ ਮਿਰਚਾਂ ਦੀ ਚਟਨੀ ਦਾ ਖੂਬ ਸੇਵਨ ਕਰਿਆ ਕਰਦੇ ਸਨ। ਤੇ ਚਲੋ ਆਪ ਵੀ ਦੇਖੀਏ ਕਿਵੇਂ ਤਿਆਰ ਕਰੀ ਦੀ ਹੈ। 2 ਚਮਚ ਲਾਲ ਮਿਰਚਾਂ ਦੀ ਖਟਮਿੱਠੀ 100 ਗ੍ਰਾਮ ਲਾਲ ਮਿਰਚਾਂ ਨੂੰ 1 ਮਿੰਟ ਫਰਾਈ ਕਰ ਲਿਆ। ਨਾਲ ਹੀ ਅਸੀਂ 2 ਚਮਚ ਨਮਕ ਅਤੇ ਚੀਨੀ ਦੇ ਪਾ ਦਿੱਤੇ। ਗੈਸ ਬੰਦ ਕਰਕੇ ਕੜਾਹੀ ਨੂੰ ਥੋੜ੍ਹਾ ਠੰਡਾ ਕਰ ਲਿਆ ਅਤੇ ਸਾਰੇ ਮਿਸ਼ਰਣ ਨੂੰ ਮਿਕਸੀ ਵਿੱਚ ਗ੍ਰਾਇੰਡ ਕਰ ਲਿਆ। ਇਸ ਪੇਸਟ ਨੂੰ ਅਸੀਂ ਕੜਾਹੀ ਵਿੱਚ ਸੁੱਕ ਕੀਤਾ ਅਤੇ 1/2 ਕੱਪ ਇਮਲੀ ਦਾ ਪੇਸਟ ਪਾ ਲਿਆ। ਬਣਾਉਣੀ ਹੈ 2 ਕੱਪ ਚਮਚ ਪਾਏ ਅਸੀਂ ਪਾਣੀ ਅਤੇ ਮਿਰਚਾਂ ਪਾਈਆਂ। ਇਹਦੇ ਵਿੱਚ ਪਾਉਣਾ ਅਸੀਂ 2 ਚਮਚ ਨਮਕ, 4 ਚਮਚ ਪਾਵਾਂਗੇ ਅਸੀਂ ਚੀਨੀ ਦੇ, 1/2 ਕੱਪ ਅਸੀਂ ਪਾਵਾਂਗੇ ਇਹਦੇ ਵਿੱਚ ਇਮਲੀ ਦਾ। ਚਟਪਟੀ ਚਟਨੀ ਸਾਡੀ ਬਣੇਗੀ ਘਰ ਦੇ ਵਿੱਚ ਖਾਣ ਵਾਸਤੇ। 1 ਮਿੰਟ ਵਾਸਤੇ ਇਹਨੂੰ ਸੇਕ ਲਗਵਾਉਣਾ ਬਸ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਰੈਸਪੀ ਸਾਡੀ ਬਹੁਤ ਪਸੰਦ ਆਈ ਹੋਵੇਗੀ। ਅਗਲੀ ਰੈਸਪੀ ਦੇਖਣੀ ਨਾ ਭੁੱਲਣਾ, ਕਿਉਂਕਿ ਅਸੀਂ ਇਸ ਤੋਂ ਵੀ ਵਧੀਆ ਰੈਸਪੀ ਤੁਹਾਡੇ ਲਈ ਤਿਆਰ ਕਰਕੇ ਲੈ ਕੇ ਆ ਰਹੇ ਹਾਂ। ਸਾਡੇ ਚੈਨਲ ਨਾਲ ਜੁੜੇ ਰਹਿਣ। ਫੋਰ ਦ ਗੁੱਡ ਹੈਲਥ ਆਫ ਯੋਰ ਫੈਮਿਲੀ, ਸਬਸਕ੍ਰਾਈਬ ਟੂ ਮਾਈ ਚੈਨਲ।